ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੋਪੀ ਖਾਪੜ ਗੜੀ ਵਾਲਾ ਹੋ ਸਕਦੇ ਤੁਸੀਂ ਕਿਵੇਂ ਹੋ ਗਏ ਚੜ੍ਹਦੀ ਕਲਾ 'ਚ। ਅੱਜ ਹੈਗਾ ਭੇਜੇਗਾ ਸੁਖਮਨੀ ਸਾਹਿਬ ਦਾ ਅਖੰਡ ਅਖੰਡ ਪਾਠ, ਅਤੇ ਆਪਾਂ ਅਤੇ ਮੈਂ ਅਤੇ ਮੇਰੀ ਫੈਮਿਲੀ ਉੱਥੇ ਚੱਲਣੀ ਹੈ, ਅਤੇ ਭੇਜੇ ਨੇ ਮੈਨੂੰ ਲਾਤੀ ਹੈ ਵੀ ਡਿਊਟੀ, ਜਾ ਕੇ ਸਮੋਸੇ ਲੈ ਗਿਆ ਅਤੇ ਵੀ ਬਦਾਨਾ, ਅਤੇ ਉਹ ਥੋੜ੍ਹਾ ਬਹੁਤਾ ਛੋਟਾ ਮੋਟਾ ਕੰਮ ਕਿਹਾ, ਅਤੇ ਆਪਾਂ ਚੱਲਦੇ ਹਾਂ, ਅਤੇ ਖੁਸ਼ੀ ਤਾਂ ਬਹੁਤ ਜ਼ਿਆਦਾ, ਤੁਹਾਨੂੰ ਪਤਾ ਨਹੀਂ ਲੱਗ ਗਈ। ਆਹੋ, ਅਤੇ ਇੱਦਾਂ ਹੀ ਹੁੰਦੀ ਨਾ ਫਿਰ, ਅਤੇ ਆ ਜਾਓ ਗਾਈ ਤਾਂ ਆਪਾਂ ਚੱਲਦੇ ਹਾਂ ਲੈਣ, ਅਤੇ ਟੈਨਸ਼ਨ ਤਾਂ ਮੈਨੂੰ ਬਹੁਤ ਜ਼ਿਆਦਾ, ਹੁਣ ਭੇਜਣੇ ਮੈਨੂੰ ਗੱਲਾਂ ਕੱਢਣੀਆਂ ਲੈ, ਅਤੇ ਉਹਦਾ ਟਾਈਮ ਵੇਖ ਕਿੰਨਾ ਹੋ ਗਿਆ, ਤੁਸੀਂ ਆਇਆ ਨਹੀਂ, ਇੱਦਾਂ ਦਾ ਸਵੇਰ ਦਾ ਮੈਨੂੰ ਫੋਨ ਦਿਆ ਕਰਨਾ, ਅਤੇ ਮੈਂ ਲੰਮੇ ਪਿਆ ਸੀ, ਅਤੇ ਸਵੇਰੇ 6 ਵਜੇ ਉੱਠ ਕੇ ਮੈਨੂੰ ਫੋਨ ਕੀਤਾ, 2-3 ਵਜੇ ਮੈਂ ਸੁੱਤਾ ਸੀ, ਇੱਕ ਵਜੇ ਘਰ ਆਇਆ ਸੀ 8 ਵਜੇ, ਅਤੇ ਰਾਤ ਵੀ ਕਰਦਾ ਸੀ, ਰਾਤ ਕਹਿੰਦਾ ਵੀ ਇੱਦਾਂ ਉੱਦਾਂ ਵੀ ਕਲੀ ਵਲੀ ਫੇਰਨੀ ਹੈ ਅਤੇ ਆ ਜਾ, ਅਤੇ ਮੇਰਾ ਟਾਈਮ ਨਹੀਂ ਲੱਗਾ, ਅਤੇ ਚਲੋ ਆਪਾਂ ਚੱਲਦੇ ਫਿਰ ਉੱਥੇ, ਅਤੇ ਫਿਰ ਮਨ 'ਚ ਹੁੰਦਾ ਫਿਰ ਉਹਨੂੰ ਹੀ ਹੁੰਦਾ ਵੀ ਤੂੰ ਆਇਆ ਨਹੀਂ, ਇੱਦਾਂ ਉੱਦਾਂ 100 ਗੱਲਬਾਤ ਹੁੰਦੀ ਆ, ਫਿਰ ਆਪਾਂ ਮੈਂ ਚਲੋ ਕੋਈ ਨਹੀਂ, ਅਤੇ ਚਲੋ ਆ ਜਾਓ ਫਿਰ ਗਾਈ ਚੱਲਦੇ ਹਾਂ ਫਿਰ, ਅਤੇ ਟੈਨਸ਼ਨ ਹੀ ਹੁੰਦੀ ਆ ਹੁਣ, ਇਹਨੇ ਗਾਲਾਂ ਕੱਢਣੀਆਂ ਲੈ ਆਇਆ ਨਹੀਂ ਆਇਆ ਨਹੀਂ, ਅਤੇ ਆਪਾਂ ਉਹਨਾਂ ਦਾ ਨਾਂ ਅਤੇ ਹਾਂ ਛੇਤੀ ਆਉਣਾ ਵੀ ਵਿਆਹ ਹੈ ਨਾ ਮਨਵੀਰ, ਅਤੇ ਮਨਵੀਰ ਨੌ ਮੂੰਹ 'ਚ ਪਵਾਉਂਦੀ ਆ ਖਾਂਦੀ ਆ, ਬਹੁਤ ਆਪਣੇ ਨਾਲ ਜਾ ਰਿਹਾ ਭੁੱਲਰ ਮੋਟਰਸਾਈਕਲ ਬਹੁਤ ਤੇਜ਼ ਹੈਗਾ ਜੰਮਦਾ ਬੰਦਾ, ਚਲੋ ਫਿਰ ਉਹਨੂੰ ਵੀ ਮਿਲਦੇ ਜਾ ਕੇ, ਆ ਜਾਓ ਗਾਈਸ ਮੈਂ ਜਾਮਾ ਦੇਖੋ ਜਾਮਾ ਸਮੋਸੇ ਲੈ ਜਾਈਏ, ਸਾਡਾ ਸ਼ਹਿਰ ਅਤੇ ਭੇਜੇਗਾ ਖੰਡ ਬਾਹਰ, ਅਤੇ ਆਪਾਂ ਲੈ ਗਏ ਚੱਲੇ ਸਮਾਨ ਘਰ, ਨਾਲ ਸਮੋਸੇ ਵੀ ਲੈ ਗਈ ਮੈਂ ਤੈਨੂੰ, ਅਤੇ ਆਪਣਾ ਭੁੱਲਰ ਭੁੱਲਰ ਨੇ ਵੀ ਹਾਂ ਇਹਦਾ ਜਿਹੜਾ 15 ਦਿਨ ਬਹੁਤ ਖਾਸ ਬੰਦਾ ਇਹਦਾ ਕੰਮ ਹੈ ਸਾਰਾ ਆਪਣਾ ਹੀ ਹੈ ਕੰਮ ਹਾਡਾ ਦੇ ਵਿੱਚ ਕੁਛ ਹੈਗਾ ਨਹੀਂ ਹੈ ਨਹੀਂ ਮੈਂ ਹੀ ਤਾਂ ਉਹਨਾਂ ਦਾ ਹੀ ਹੈ ਕੰਮ ਆਪਾਂ ਦੇ ਬਸ ਲੱਗੀ ਹੈ ਗੱਲ ਕੋਈ ਕੰਮ ਨਹੀਂ ਕਰਦੇ ਨਾ ਆਪਾਂ ਦੇ ਕੰਮ ਨੂੰ ਵੀ ਕੁਛ ਨਹੀਂ ਕੁੜ
ਕਰ। ਭੇਜਣਾ ਸੁਖਮਨੀ ਸਾਹਿਬ ਖੰਡ ਪਰ ਕਰਾ ਕੇ ਤੇ ਵਿਹਲੇ ਹੋਈ ਆ ਤੇ ਆਪਾਂ ਹੁਣ ਚੱਲੇ ਘਰ ਤੇ ਚਲੋ ਫਿਰ ਭੇਜਾ ਪਰ ਮਾਮੇ ਲੈਣ ਗਿਆ ਤੇ ਆਪਾਂ ਹੁਣ ਚੱਲਦੇ ਘਰ। ਮੌਸਮ ਦੇਖੋ ਕਿੱਡਾ ਵਧੀਆ ਨਜ਼ਾਰੇਦਾਰ, ਮੌਸਮ ਦੇਖੋ ਪਿੰਡ ਦਾ ਕਿੱਡਾ ਵਧੀਆ ਨਜ਼ਾਰੇਦਾਰ ਨਾ, ਉਹ ਭੇਜਣ ਵਾਲਾ ਘਰ ਮੇਰੇ ਪਿੰਡ ਹਾਂਜੀ ਕਾਲੀ। ਹਾਂਜੀ ਜੀ ਆਪਾਂ ਉੱਥੋਂ ਆ ਗਏ ਅੱਜ ਮੱਥਾ ਟੇਕ ਕੇ ਅਤੇ ਹੁਣ ਜਿਹੜੇ ਕੁਛ ਆਏ ਇੱਕ ਕਮੈਂਟ ਉਹਨਾਂ ਦੇ ਕਰਨ ਗਿਆ ਆਪਾਂ ਰਿਪਲਾਈ। ਹਾਂਜੀ ਅਤੇ ਕਿਸੇ ਨੇ ਕਮੈਂਟ ਮੈਨੂੰ ਕੀਤਾ ਵੀ ਤੇਰੀ ਨਾਲ ਦੀ ਲੰਮੇ ਪਈ ਤੇ ਮੰਮਾ ਤੇਰੀ ਕੰਮ ਦੇ ਹੀ ਕਰਨ ਉਹਨਾਂ ਨੇ ਕੀ ਇਦਾਂ ਕਿਹਾ ਵਾ ਕਹਿੰਦੇ ਕਿ ਮਤਲਬ ਮਨਪ੍ਰੀਤ ਨੂੰ ਬੈੱਡ ਰੈਸਟ ਨਹੀਂ ਕਹਿੰਦੇ ਜਨਾਨੀ ਬੈੱਡ ਰੈਸਟ ਕਰੇ ਤੇ ਮਾਂ ਮਤਲਬ ਉਹਨਾਂ ਕੰਮ ਕਰੇ ਤੇ ਇਹ ਜਨਾਨੀ ਦੇ ਕਹਿੰਦਾ ਥੱਲੇ ਲੱਗਾ ਉਹ ਤਾਂ ਇਹ ਕੰਮ ਨਹੀਂ ਕਰਦੇ ਵੀ ਜਿਹੜੇ ਵੀ ਹੈਗੇ ਨਰਸ ਆ ਉਹਨੇ ਕਿਹਾ ਵੀ ਇਹਨੇ ਤਿੰਨ ਇੱਕ ਮਿੰਟ ਯਾਰ ਆਪਾਂ ਇੰਨੀ ਥੋੜ੍ਹੀ ਸਫਾਈ ਦੇਣੀ ਆ। ਦੇਖੋ ਮੇਰੀ ਗੱਲ ਸੁਣੋ, ਹੁਣ ਘਰ ਦੇ ਵਿੱਚ ਬਹੁਤ ਸੌ ਪ੍ਰੋਬਲਮ ਆਉਂਦੀਆਂ, ਅਸੀਂ ਇੰਨੇ ਵੀ ਮਤਲਬ ਕਿ ਹੈ ਨਹੀਂ ਗੇ ਕਿ ਅਸੀਂ ਇਹ ਮਤਲਬ ਕੋਈ ਖੁਸ਼ੀ ਆ ਜਾਂ ਕੋਈ ਗਮੀ ਹੈ ਨਾ ਉਹਨੂੰ ਸ਼ੇਅਰ ਕਰਦੇ ਹੈ ਨਾ, ਮਤਲਬ ਜਿਹੜੀ ਸਾਡੀ ਪਰਸਨਲ ਗੱਲ ਆ ਉਹ ਪਰਸਨਲ ਹੀ ਰਹਿਣੀ ਆ ਹੈ ਨਾ।
ਹੁਣ ਵਿੱਚ ਕਈਆਂ ਦਾ ਪਤਾ ਕਿ ਮਤਲਬ ਮੈਨੂੰ ਬੈੱਡ ਰੈਸਟ ਕਿਉਂ ਮਿਲੀ ਅਤੇ ਆ ਬੰਦਾ ਇੰਨਾ ਕੁ ਜ਼ਿਆਦਾ ਬੰਦਾ ਜਾਂ ਜਨਾਨੀ ਮੈਨੂੰ ਨਹੀਂ ਪਤਾ ਨਾ ਇੰਨਾ ਹੀ ਅਨਪੜ੍ਹ ਕਿ ਇਹਨੂੰ ਇਹ ਨਹੀਂ ਪਤਾ ਹੈਗਾ ਕਿ ਬੈੱਡ ਰੈਸਟ ਕਰ ਰਹੀ ਹੈ ਮਤਲਬ ਕੋਈ ਤਾਂ ਗੱਲ ਹੋਊਗੀ ਜਾਂ ਕਿੱਦਾਂ ਹੈ ਨਾ ਹੁਣ ਮੈਂ ਕੰਮ ਨਹੀਂ ਕਰ ਸਕਦੀ ਕਿਉਂਕਿ ਮੇਨ ਪ੍ਰੋਬਲਮ ਇਹ ਆ ਸਾਡੇ ਮਤਲਬ ਰੂਮ ਤੋਂ ਬਾਹਰ ਕਿਚਨ ਦੇ ਵਿੱਚ ਜਾਣ ਲਈ ਹੈ ਨਾ ਪੌੜੀ ਆ ਅਤੇ ਦੋ ਤਿੰਨ ਪੌੜੇ ਚੜ੍ਹਨੇ ਪੈਂਦੇ ਅਤੇ ਮੈਨੂੰ ਪੌੜੀ ਚੜ੍ਹਨ ਤੋਂ ਵੀ ਹੈ ਨਾ ਬਿਲਕੁਲ ਮਨਾਹੀ ਆ ਇਸ ਲਈ ਮੈਂ ਕਿਚਨ 'ਚ ਵੀ ਜਾ ਨਹੀਂ ਸਕਦੀ ਹੈਗੀ ਅਤੇ ਕਿਸ ਬਾਕੀ ਗੋਪਿੰਦ ਸਰ ਕਹਿੰਦੇ ਕਿ ਜਨਾਨੀ ਥੱਲੇ ਲੱਗਾ ਕੀ ਥੱਲੇ ਲੱਗਾ ਕੀ ਹਾਲੇ 20 ਦਿਨ ਹੋਏ ਆ ਮੈਨੂੰ ਰੈਸਟ ਕਰਦੀ ਨੂੰ ਅਤੇ ਤੁਸੀਂ ਤਾਂ ਕਮੈਂਟ ਕਰ ਕਰਕੇ ਇੱਧਰ ਹੁਣ ਜੇ ਮੰਮੀ ਨਹੀਂ ਕੰਮ ਕਰੂਗੇ ਹੁਣ ਅਸੀਂ ਰੋਟੀ ਬਣਾ ਲਈ ਥੋੜ੍ਹੀ ਕੋਈ ਬਾਹਰੋਂ ਕੁੜੀ ਲਾ ਲੈ ਆਵਾਂਗੇ ਜਾਂ ਕੋਈ ਜਨਾਨੀ ਲਾ ਲਾਂਗੇ ਨਾ ਵੀ ਚੱਲ ਅਸੀਂ ਤਨਖਾਹ ਦੇ ਦਾਂਗੇ ਹੈ ਨਾ ਇੰਨੇ ਵੀ ਅਸੀਂ ਸ਼ਦਾਈ ਨਹੀਂ ਹੈਗੇ ਰੱਬ ਨੇ ਹੱਥ ਪੈਰ ਦਿੱਤੇ ਕਿ ਜਿੰਨਾ ਚਿਰ ਚੱਲਦੀਆਂ ਉਨਾ ਚਿਰ ਚਲਾਓ ਬਾਕੀ ਜੇ ਇੰਨੀ ਪ੍ਰੋਬਲਮ ਆ ਤਾਂ ਖੁਦ ਆ ਕੇ ਸਾਡੇ ਘਰ ਰੋਟੀ ਬਣਾ ਜਾਇਆ ਕਰੋ ਨਾਲੇ ਝਾੜੂ ਪੋਚੇ ਲਾ ਜਾਇਆ ਕਰੋ ਤਨਖਾਹ ਵੀ ਦੇ ਦਿਆ ਕਰਾਂਗੇ ਇੱਡੀ ਗੱਲ ਨਹੀਂ ਹੈਗੀ ਇਹ ਸੋਚਣਾ ਬਾਕੀ ਵੀ ਬੰਦੇ ਦੀ ਹੱਦ ਹੁੰਦੀ ਆ ਇੰਨਾ ਵੀ ਨੀ ਬੰਦੇ ਨੂੰ ਹੋਣਾ ਚਾਹੀਦਾ ਹੈਗਾ ਕਿ ਤੁਸੀਂ ਜੋ ਤੁਹਾਡੇ ਮੂੰਹ ਚ ਆ ਨਾ ਤੁਸੀਂ ਕਮੈਂਟ ਕਰ ਦਿੰਦੇ ਫਿਰ ਕਦੇ ਕੋਈ ਕੁਛ ਬੋਲ ਦਿੰਦਾ ਸਾਰੇ ਜ਼ਿਆਦਾਤਰ ਕਮੈਂਟ ਕਰਦੇ ਕਿ ਗੋਪੀ ਨੂੰ ਬੋਲਣ ਚ ਬੜੀ ਪ੍ਰੋਬਲਮ ਹੈ ਅੜ ਅੜ ਕੇ ਬੋਲਦਾ ਯਾਰ ਜਿਹਦਾ ਰੱਬ ਵੱਲੋਂ ਬੰਦਾ ਏਦਾਂ ਬੋਲਦਾ ਹੈ ਤੇ ਉਹਨੂੰ ਤੁਸੀਂ ਕੀ ਕਹਿਣਾ ਤੁਹਾਡੇ ਕਹਿਣ ਨਾਲ ਕਿ ਉਹ ਸਹੀ ਬੋਲਣ ਲੱਗ ਜਾਊਗਾ ਚਲੋ ਮੈਨੂੰ ਹੈਗਾ ਕੋਈ ਇਹੋ ਜਿਹੀ ਥਾਂ ਵੀ ਜਿੱਥੇ ਬੰਦਾ ਸਹੀ ਬੋਲਣ ਲੱਗ ਜਾ ਮੈਨੂੰ ਦੱਸ ਦਿਓ ਮੈਂ ਗੋਪੀ ਲੈ ਜਾਊਂਗੀ ਮੈਨੂੰ ਨੀ ਕੋਈ ਪ੍ਰੋਬਲਮ ਇਹਦੇ ਏਦਾਂ ਬੋਲਣ ਤੋਂ ਪਰ ਤੁਹਾਨੂੰ ਜ਼ਰੂਰ ਆ ਕਿਸੇ ਨੇ ਕਿਹਾ ਕਹਿੰਦੇ ਕਿ ਗੋਪੀ ਮਤਲਬ ਵਲੋਗ ਦੇ ਵਿੱਚ ਕਹਿੰਦਾ ਕਿ ਲੋਕ ਨਾ ਸਤੁਲ ਸੜਦੇ ਆ ਲੋਕਾਂ ਦੇ ਵਿੱਚ ਫਿਰ ਕਿਸੇ ਨੇ ਅੱਗੋਂ ਮਤਲਬ ਪਹਿਲਾਂ ਮੈਂ ਪੂਰਾ ਕਮੈਂਟ ਹੀ ਬੋਲਦੀ ਨੀ ਕਿਸੇ ਨੇ ਕਿਹਾ ਕਿ ਗੋਪੀ ਨੇ ਕਿਹਾ ਲੋਕ ਸਤੋਂ ਸੜਦੇ ਆ ਜਿਹਨਾਂ ਨੂੰ ਇਹ ਕਹਿ ਰਿਹਾ ਸੜਦੇ ਉਹਨਾਂ ਦੇ ਵਲੋਗ ਦੇਖ ਤੇ ਤੂੰ ਆਪਣੇ ਵਲੋਗ ਤੇ ਤੈਨੂੰ ਖੁਦ ਦੀ ਔਕਾਤ ਪਤਾ ਲੱਗ ਜੂ ਨਾ ਕਿਸੇ ਨੇ ਇੰਨੀ ਗੱਲ ਕਹੀ ਆ ਮੈਂ ਇੱਕ ਗੱਲ ਦੱਸ ਦਿੰਦੀ ਹਾਂ ਅਸੀਂ ਕਿਸੇ ਵੀ ਵਲੋਗਰ ਦੀ ਗੱਲ ਨਹੀਂ ਕੀਤੀ ਪਹਿਲੀ ਗੱਲ ਤਾਂ ਇਹ ਅਗਰ ਗੋਪੀ ਨੇ ਕਿਹਾ ਹੋਵੇ ਵੀ ਸਾਡੇ ਰਿਸ਼ਤੇਦਾਰਾਂ ਬਲੋਗਰ ਆ ਨਾ ਵੀ ਉਹ ਨਹੀਂ ਮਿਲਦਾ ਵਰਤਦੇ ਜਾਂ ਚੱਜਦੇ ਨਹੀਂ ਫੇਰ ਤੁਸੀਂ ਕਹਿ ਸਕਦੇ ਵੀ ਗੋਪੀ ਨੇ ਕਿਸੇ ਰਿਸ਼ਤੇਦਾਰ ਬਲੋਗਰ ਬਾਰੇ ਕਿਹਾ ਸੀ ਤੇ ਕਿਸੇ ਬਲੋਗਰ ਦੀ ਗੱਲ ਹੀ ਨਹੀਂ ਕਰਦੇ ਹੈਗਾ ਉਹ ਜਿਹੜਾ ਜਿੱਥੇ ਸਾਡਾ ਬੋਲਣ ਦਾ ਮਤਲਬ ਬਣਦਾ ਸੀ ਉੱਥੇ ਬੋਲਦੇ ਬੇਫਾਲਤੂ ਅਸੀਂ ਇੰਨੇ ਵੀ ਸ਼ਦਾਈ ਨਹੀਂ ਆ ਵੀ ਉਹੀ ਬੋਲਦੇ ਫਿਰੀਏ ਅਸੀਂ ਕਿਸੇ ਹੋਰ ਨੂੰ ਆਖਿਆ ਸੀ ਜਿਹਨੂੰ ਆਖਿਆ ਜਿਹੜੇ ਲੋਕੀ ਕਮੈਂਟ ਕਰਦੇ ਉਹ ਮੇਰੇ ਆਪਣੇ ਮੈਨੂੰ ਪਤਾ ਹਾਂ ਸੱਚ ਇਹ ਵੀ ਗੱਲ ਮੇਨ ਆ ਮਤਲਬ ਜਿਹੜੇ ਨੈਗੇਟਿਵ ਕਮੈਂਟ ਆ ਰਹੇ ਆ ਨਾ ਉਹ ਇਹ ਨਹੀਂ ਆ ਕਿ ਕਿਸੇ ਦੀ ਸਾਡੇ ਨਾਲ ਲਾਗਤ ਆ ਹੈ ਨਾ ਕੋਈ ਲਾਗ ਡਾਟਾ ਜਾਂ ਕੋਈ ਮਤਲਬ ਕਰ ਰਿਹਾ ਵਾ ਵੀ ਮਤਲਬ ਅਸੀਂ ਕਿਸੇ ਨਾਲ ਲੜੇ ਹੋਈਏ ਅਤੇ ਅਗਲਾ ਕਮੈਂਟ ਅੱਗੋਂ ਕਰ ਦਿਓ ਨਹੀਂ ਇਹ ਸਾਡੇ ਆਪਦੇ ਹੀ ਰਿਸ਼ਤੇਦਾਰ ਆ ਜਿਹੜੇ ਕਮੈਂਟ ਕਰਾ ਰਹੇ ਆ ਇਹ ਬਾਕੀ ਮੈਨੂੰ ਜੇ ਉਹ ਕਹਿਣਗੇ ਤਾਂ ਨਾ ਲੈਣਾ ਇੱਦਾਂ ਤੇ ਮੈਂ ਸਾਹਮਣੇ ਤੇ ਮੇਰਾ ਜਿਹੜੇ ਮੈਨੂੰ ਵਲੋਗ ਵਹਿੰਦੇ ਆ ਉਹਨਾਂ ਨਹੀਂ ਪਤਾ ਵੀ ਅੱਜ ਤੱਕ ਮੈਂ ਆਪਣੇ ਜਿੰਨੇ ਰਿਸ਼ਤੇਦਾਰਾਂ ਦਾ ਮੈਂ ਕੀਤਾ ਨਾ ਕਿਸੇ ਨੇ ਮੇਰਾ ਨਹੀਂ ਕੀਤਾ ਇਹ ਉਹਨਾਂ ਨੂੰ ਨਹੀਂ ਹੈਗਾ ਪਤਾ ਮੈਂ ਮੂੰਹ ਤੇ ਆ ਮੈਂ ਬਿਲਕੁਲ ਮੇਰੇ ਆਪਦੇ ਸਾਹਮਣੇ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ ਮੈਂ ਮੂੰਹ ਤੇ ਕਹਿੰਦਾ ਹਿੱਕ ਠੋਕ ਕੇ ਤੇ ਬਾਕੀ ਮੈਨੂੰ ਕਿਸੇ ਦੀ ਲੋੜ ਨਹੀਂ ਹੈਗੀ ਤੇ ਆਪਣੇ ਘਰ ਵਸਣ ਰਿਸ਼ਤੇਦਾਰਾਂ ਦਾ ਨਾ ਜਿੰਨਾ ਮਰਜ਼ੀ ਕਰ ਲਓ ਉਹਨਾਂ ਥੋੜਾ ਕੋਈ ਕਦਰ ਨਹੀਂ ਪਾਉਂਦਾ ਮੇਰੀ ਆਪਣੀ ਫੈਮਿਲੀ ਮੇਰੀ ਭੈਣ ਆ ਤੇ ਮੇਰੀ ਮਨਪ੍ਰੀਤ ਆ ਜੇ ਉੱਥੋਂ ਵਾਲੇ ਸਹੁਰੇ ਬਾਕੀ ਮੈਂ ਕੁਛ ਨੀ ਮੂੰਹ ਤੇ ਮੁੱਕਰ ਜਾਂਦੀ ਟੈਨਸ਼ਨ
ਤੇ ਬਾਕੀ ਖੁਸ਼ ਰਹੋ ਬਸ। ਜੇ ਸਾਡਾ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਅਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ। ਮਿਲਦੇ ਹਾਂ ਨੈਕਸਟ ਵਲੋਗ 'ਚ। ਓਕੇ ਬਾਏ ਬਾਏ, ਟੇਕ ਕੇਅਰ।